ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਹਰਪ੍ਰੀਤ ਸਿੰਘ ਹੈਪੀ, PhD, ਮਾਂ ਪਿਓ ਦਾ ਇਕਲੌਤਾ ਬੇਟਾ, ਗੁਰੂ ਪੰਥ ਨੂੰ ਸਮਰਪਿਤ ਹੋ ਕੇ ਪੰਥਕ ਨਿਸ਼ਾਨੇ ਦੀ ਪ੍ਰਾਪਤੀ ਲਈ ਸੀਸ ਤਲੀ 'ਤੇ ਟਿਕਾ ਕੇ ਮੈਦਾਨ ਵਿੱਚ ਨਿਕਲਿਆ ਸੀ, ਲੇਕਿਨ ਹਿੰਦ ਸਰਕਾਰ ਨੇ ਲੁਕਮਾ ਵਾਰ ਕਰਕੇ ਜੀ ਬਹੁਤ ਹੀ ਨੀਵਾਂ ਡਿੱਗ ਕੇ ਉਸ ਨੂੰ ਸ਼ਹੀਦ ਕੀਤਾ ਹੈ। ਅਤੇ ਸਰਕਾਰ ਦੀ ਇਹ ਚੁਣੌਤੀ ਖਾਲਸਾ ਪੰਥ ਖੇੜੇ ਮੱਥੇ ਪ੍ਰਵਾਨ ਕਰਦਾ ਹੈ। ਜਿਹੜਾ ਸਰਕਾਰ ਕੂੜ ਪ੍ਰਚਾਰ ਕਰ ਰਹੀ ਹੈ, ਉਹਦੇ ਨਾਲ ਹੋਰ ਗੱਲਾਂ ਜੋੜ ਕੇ ਬਦਨਾਮ ਕਰਨ ਦਾ ਯਤਨ, ਜਾਂ ਉਹਦੀ ਸ਼ਹਾਦਤ ਦਾ ਦੋਸ਼ ਸਿੱਖਾਂ ਸਿਰ ਹੀ ਮਰ ਕੇ ਉਹਨਾਂ ਨੂੰ ਆਪਸੀ ਖਾਨਾ ਜੰਗੀ ਕਰਾਰ ਦੇ ਰਹੀ ਆ, ਇਹ ਸਰਾਸਰ ਝੂਠਾ, ਮਨ ਘੜਤ ਅਤੇ ਕੌਮ ਨੂੰ ਗੁੰਮਰਾਹ ਕਰਨ ਵਾਲਾ ਪ੍ਰਚਾਰ ਆ। ਖਾਲਸਾ ਪੰਥ ਇਸ ਨੂੰ ਕਦੇ ਵੀ ਜਿਹੜਾ ਇਹ ਕੂੜ ਪ੍ਰਚਾਰ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗਾ, ਕਦੇ ਵੀ ਮੰਨੇਗਾ ਨਹੀਂ, ਕਿਉਂਕਿ ਇਹੋ ਜਿਹਾ ਕੂੜ ਪ੍ਰਚਾਰ ਹਰ ਸਲਤਨਤ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਤੋਂ ਲੈ ਕੇ ਹੀ ਸ਼ਹੀਦਾਂ ਦੇ ਜਰਨੈਲਾਂ ਦੇ ਵਿਰੁੱਧ ਕਰਦੀ ਆਈ ਆ। ਸੰਤ ਜਰਨੈਲ ਸਿੰਘ ਬਾਰੇ ਵੀ ਬੜਾ ਪ੍ਰਚਾਰ ਕੀਤਾ ਸੀ, ਲੇਕਿਨ ਸਿੱਖ ਸ਼ਹੀਦਾਂ ਦਾ ਅਤੇ ਸਿੱਖ ਕੌਮ ਦੇ ਜਰਨੈਲਾਂ ਦਾ ਜਿਹੜਾ ਇਤਿਹਾਸ ਆ ਜੀ, ਉਹ ਸੁਨਹਿਰੀ ਅੱਖਰਾਂ ਵਿੱਚ ਚਮਕਦਾ ਰਹੇਗਾ। ਅਤੇ ਕੌਮ ਉਹਨਾਂ ਦੀ ਕੀਤੀ ਹੋਈ ਕੁਰਬਾਨੀ ਅਤੇ ਉਹਨਾਂ ਦੇ ਕੀਤੇ ਹੋਏ ਕਾਰਨਾਮਿਆਂ ਨੂੰ ਹੀ ਆਪਣੇ ਇਤਿਹਾਸ ਦੇ ਪੰਨਿਆਂ ਉੱਤੇ ਥਾਂ ਦੇਗਾ, ਸਰਕਾਰਾਂ ਦੇ ਕੂੜ ਪ੍ਰਚਾਰ ਨੂੰ। ਵਾਹਿਗੁਰੂ ਜੀ ਕਾ ਖਾਲਸਾ।